ਐਸਪੀ ਜਾਂ ਐਸਪੀ ਕਰ ਰਹੀ ਹੈ ਉਸਦੇ ਨਾਲ ਮੋਟੇ ਨਾਲ ਮੋਟਾ ਜੋੜ ਕੇ ਪ੍ਰੋਗਰਾਮ ਜਵਾਨੀ ਸੰਭਾਲ ਮੋਰਚਾ ਲੈ ਕੇ ਆਏ ਹਾਂ ਜਿਸ ਦੇ ਵਿੱਚ ਬਹੁਤ ਹੀ ਸਿੰਪਲ ਸਾਡਾ ਕੰਮ ਆ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਅਸੀਂ ਅੱਜ ਐਂਟੀ ਡਰੱਗ ਵਾਰੀਅਰ ਬਣਾਉਂਦੇ ਹਾਂ ਐਂਟੀ ਡਰੱਗ ਵਾਰੀਅਰ ਉਹ ਜਿਹੜੇ ਨਸ਼ੇ ਨੂੰ ਨਫ਼ਰਤ ਕਰਦੇ ਆ ਜਿਹੜੇ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਨਾ ਹੋਵੇ ਸਾਡੇ ਸ਼ਹਿਰ ਸਾਡੇ ਵਾਰਡ ਦੇ ਵਿੱਚ ਨਸ਼ਾ ਨਾ ਹੋਵੇ ਪਰ ਉਹਨਾਂ ਦਾ ਕੰਮ ਕੀ ਹੋਵੇਗਾ ਸਿੰਪਲ ਹੋ ਗਿਆ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਛਡਾਉਣ ਵਾਲੇ ਰਾਸਤੇ ਤੇ ਲੈ ਕੇ ਆਓ ਐਂਟੀ ਡਰੱਗ ਵਾਰੀਅਰ ਬਣੋਗੇ ਜਵਾਨੀ ਸੰਭਾਲ ਮੋਰਚੇ ਨਾਲ ਜੁੜੋਗੇ ਤੇ ਅਸੀਂ ਬੇਨਤੀ ਕਰਾਂਗੇ ਸਿਹਤ ਮੰਤਰੀ ਸਾਹਿਬ ਨੂੰ ਕਿ ਉਸ ਆਦਮੀ ਦਾ ਫ੍ਰੀ ਇਲਾਜ ਹੈਲਥ ਮਿਨਿਸਟਰੀ ਕਰੇ ਪੰਜਾਬ ਸਰਕਾਰ ਕਰੇ। ये अपने वक्त के सूर्य चैन को भी पहचानो जलेंगे ये तो सितारों में रोशनी होगी फिर एक बार पहाड़ियां तारियां बना कर इतना बड़े सालों बाद कोई यह जी सरकार आई है जिस सरकार ने एक ऐसा माहौल बनाया कि बिकम एंटी ड्रग वॉरियर एक एंटी ड्रग वॉरियर कोई भी साडा साथी बन सकता है। इस कैंपेन का मकसद यही है कि थोड़ी वो रूह नू टटोलना ते उस रूह नू जगाना कि जेड़ी ये साडी कुरीति पंजाब च आ चुकी सी उहनू किवें असीं रल मिल के दूर कर सकते हैं ते नशा खिलाफ लड़ाई यूथ कांग्रेस का साडा साथ दो ਸਾਜਿਸ਼ ਹੈ। ਅੱਜ ਉਹ ਸਟੇਜ ਤੇ ਖੜੇ ਹੋ ਕੇ ਕਹਿ ਰਹੇ ਕਹਿੰਦਾ ਕੈਪਟਨ ਸਾਹਿਬ ਨੇ ਨਸ਼ਾ ਖਤਮ ਨਹੀਂ ਕੀਤਾ